ਉਪ ਰਾਸ਼ਟਰਪਤੀ ਜਗਦੀਪ ਤੰਖਣ ਨੇ ਪ੍ਰੋਫੈਸਰ ਡਾਕਟਰ ਰੇਨੂ ਚੀਮਾ ਵਿਗਨੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ ਜਗਦੀਪ ਤੰਖਣ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਵੀ ਨੇ ਉਹਨਾਂ ਦੀ ਨਿਯੁਕਤੀ 3 ਸਾਲ ਲਈ ਹੋਵੇਗੀ ਜ਼ਿਕਰਯੋਗ ਹੈ ਕਿ ਪ੍ਰੋਫੈਸਰ ਰਾਜਕੁਮਾਰ ਵੱਲੋਂ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਬੀਤੇ 16 ਜਨਵਰੀ ਤੋਂ ਪ੍ਰੋਫੈਸਰ ਰੇਨੂ ਚੀਮਾ ਵਿਗ ਕਾਰਜਕਾਰੀ ਉਪ ਕੁਲਪਤੀ ਵਜੋਂ ਯੂਨੀਵਰਸਿਟੀ ਦਾ ਕਾਰਜਕਾਰ ਦੇਖ ਰਹੇ ਸਨ